ਪਿਆਰੇ ਵਿਦਿਆਰਥੀਓ ਅੱਜ ਮੈਂ ਤੁਹਾਡੇ ਲਈ ਪੰਜਵੀਂ ਸ਼੍ਰੇਣੀ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪਾਠ ਪੁਸਤਕ ਵਿੱਚੋਂ ਲੈ ਕੇ ਆਇਆ ਹਾਂ ਪਾਠ ਤੀਜਾ 12 ਮਾਹਾ ਇਹ ਹਫਤਾ ਹੈ ਚੇਤ ਮਹੀਨਾ ਚੜਦਾ ਹੈ ਕਨਕੀ ਸੋਨਾ ਮੜਦਾ ਹੈ ਵਿਸਾਖ ਵਿਸਾਖੀ ਨਾਉਂਦੇ ਹਾਂ ਦਾਨੇ ਕਰ ਵਿੱਚ ਲਿਉਂਦੇ ਹਾਂ ਦਾਨੇ ਕਰ ਵਿੱਚ ਲਿਉਂਦੇ ਹਾਂ ਜੇਠ ਮਹੀਨਾ ਲੂਆਂ ਦਾ ਪਾਣੀ ਸੁੱਕਦਾ ਖੂਹਾਂ ਦਾ ਹਾੜੂ ਮਹਿਨਾਂ ਤਪਦਾ ਹੈ ਸਾਨੂੰ ਅੰਦਰ ਰੱਖਦਾ ਹੈ ਸਾਨੂੰ ਅੰਦਰ ਰੱਖਦਾ ਹੈ ਸਾਵਨ ਬੱਦਲ ਵਸਦੇ ਨੇ ਅੰਬ ਜਮੋਏ ਰਸ ਦੇਣੇ ਪਾਦੋ ਤੁਪਾਂ ਕਹਿਰ ਦੀਆਂ ਚੜੀਆਂ ਕਈ ਕਈ ਪਹਿਰ ਦਿਆਂ ਚੜੀਆਂ ਕਈ ਕਈ ਪਹਿਰ ਦਿਆਂ ਅਸੂ ਮਹਾਨੀਰਾਲਾ ਹੈ ਨਾ ਗਰਮੀ ਨਾ ਪਾਲਾ ਹੈ ਕਤਕ ਵੰਡੇ ਚਾਨਨੀਆਂ ਰਾਤਾਂ ਨੂੰ ਬਹਿਮਨਨੀਆਂ ਰਾਤਾਂ ਨੂੰ ਬਹਿ ਮੰਨਨੀਆਂ ਮੱਗਰ ਨੂੰ ਗੱਲ ਲਾਉਂਦੇ ਹਾਂ ਕੋਟ ਸਵੈਟਰ ਪਾਉਂਦੇ ਹਾਂ ਪੋ ਵਿੱਚ ਪਾਲਾ ਖੇਸੀ ਦਾ ਤੂੰ ਨੀ ਲਾਲਾ ਸੇ ਕੀਦਾ ਤੂੰ ਨੀ ਲਾਲਾ ਸੇ ਕੀਦਾ ਮਾਗ ਨਜ਼ਾਰੇ ਤੁਪਾ ਦੇ ਪੱਤੇ ਝੜਦੇ ਰੁੱਖਾਂ ਦੇ ਫੱਗਨ ਫੁੱਲ ਖਿੜਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ ਬਾਰਾ ਮਹਾ ਪੜਦੇ ਜੋ ਗੱਲ ਸਿਆਣੀ ਕਰਦੇਓ ਬਾਰਾ ਮਹਾ ਪੜਦੇ ਜੋ ਗੱਲ ਸਿਆਣੀ ਕਰਦੇਓ ਗੱਲ ਸਿਆਣੀ ਕਰਦੇਓ ਪਿਆਰੇ ਬੱਚਿਓ ਹੁਣ ਅਸੀਂ ਇਸ ਪਾਠ ਦੇ ਪਿੱਛੇ ਆਏ ਪ੍ਰਸ਼ਨ ਉੱਤਰਾਂ ਦਾ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਲੂਆ ਗਰਮ ਹਵਾਵਾਂ ਜਮੋਏ ਜਾਮਣ ਦੇ ਫਲ ਦੀ ਕਿਸਮ ਛੜੀਆਂ ਲਗਾਤਾਰ ਪੈਣ ਵਾਲਾ ਮੀਂਹ ਪਹਿਰ 24 ਘੰਟਿਆਂ ਦਿਨ ਰਾਤ ਦਾ ਅੱਠਵਾਂ ਹਿੱਸਾ ਨਿਰਾਲਾ ਵੱਖਰਾ ਅਨੋਖਾ 12 ਮਾਹਾ 12 ਮਹੀਨੇ ਬਸਦੇ ਵਰਦੇ ਕਹਿਰ ਮਸੀਵਤ ਮਾ ਮਹੀਨਾ ਪੌਂਦਾ ਚੰਗਾ ਲੱਗਦਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਇੱਕ ਸਾਲ ਵਿੱਚ 12 ਦੇਸੀ ਮਹੀਨੇ ਹੁੰਦੇ ਹਨ ਲੋੜੀ ਪੋ ਮਹੀਨੇ ਦੇ ਆਖਰੀ ਦਿਨ ਮਨਾਈ ਜਾਂਦੀ ਹੈ ਮੱਗੀ ਦਾ ਮੇਲਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਲੱਗਦਾ ਹੈ ਦੇਸੀ ਮਹੀਨਿਆਂ ਵਿੱਚ ਚੇਤ ਪਹਿਲਾ ਅਤੇ ਫੱਗਣ ਆਖਰੀ ਮਹੀਨਾ ਹੁੰਦਾ ਹੈ ਪਾਠ ਅਭਿਆਸ ਜਵਾਨੀ ਅਭਿਆਸ ਵਿਸਾਖੀ ਕਿਸ ਮਹੀਨੇ ਮਨਾਈ ਜਾਂਦੀ ਹੈ ਵਿਸਾਖੀ ਵਿਸਾਖ ਮਹੀਨੇ ਮਨਾਈ ਜਾਂਦੀ ਹੈ 12 ਮਾਹਾ ਦਾ ਕੀ ਭਾਵ ਹੈ 12 ਮਾਹਾ ਤੋਂ ਭਾਵ ਹੈ ਕਿ 1 ਸਾਲ ਵਿੱਚ 12 ਮਹੀਨੇ ਹੁੰਦੇ ਹਨ ਫੱਗਨ ਮਹੀਨਾ ਸਭ ਦੇ ਮਨ ਨੂੰ ਕਿਉਂ ਪਾਉਂਦਾ ਹੈ ਫੁੱਲ ਖਿੜਨ ਕਾਰਨ ਫੱਗਨ ਮਹੀਨਾ ਸਭ ਦੇ ਮਨ ਨੂੰ ਪਾਉਂਦਾ ਹੈ ਕਵਿਤਾ ਨੂੰ ਗਾ ਕੇ ਸੁਣਾਓ ਇਹ ਬੱਚਿਓ ਤੁਸੀਂ ਯਾਦ ਕਰਨਾ ਹੈ ਤੇ ਇਸ ਨੂੰ ਗਾਉਣ ਦੀ ਪ੍ਰੈਕਟਿਸ ਕਰਨੀ ਹੈ ਕਵਿਤਾ ਵਿੱਚ ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ ਅੱਸੂ ਮਹੀਨੇ ਮੌਸਮ ਕਿਹੋ ਜਿਹਾ ਹੁੰਦਾ ਹੈ ਅੱਸੂ ਮਹੀਨੇ ਨਾ ਹੀ ਗਰਮੀ ਹੁੰਦੀ ਹੈ ਨਾ ਹੀ ਪਾਲਾ ਹੁੰਦਾ ਹੈ ਅਸੀਂ ਕਿਸ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਅਸੀਂ ਕੱਤਕ ਮਹੀਨੇ ਚਾਨਣੀਆਂ ਰਾਤਾਂ ਦਾ ਆਨੰਦ ਮਾਣਦੇ ਹਾਂ ਕੋਟ ਸਵੈਟਰ ਕਿਸ ਮਹੀਨੇ ਪਾਏ ਜਾਂਦੇ ਹਨ ਕੋਟ ਸਵੈਟਰ ਮੱਗਰ ਮਹੀਨੇ ਪਾਏ ਜਾਂਦੇ ਹਨ ਪੋ ਵਿੱਚ ਕਿਹੋ ਜਿਹੀ ਠੰਡ ਹੁੰਦੀ ਹੈ ਪੋ ਵਿੱਚ ਖੇਸੀ ਭਾਬ ਮੋਟਾ ਕੱਪੜਾ ਲੈਣ ਵਾਲੀ ਅਤੇ ਧੂਣੀਆਂ ਸੇਕਣ ਵਾਲੀ ਠੰਡ ਹੁੰਦੀ ਹੈ ਕਵਤਾ ਵਿੱਚ ਆਏ ਔਖੇ ਸ਼ਬਦਾਂ ਦੀ ਬੋਲ ਲਿਖਤ ਕਰਵਾਈ ਜਾਵੇ ਲੂਆਂ ਤੱਪਦਾ ਬੱਦਲ ਜਮੋਏ ਪਾ ਪਹਿਰ ਨਿਰਾਲਾ ਸਵੈਟਰ ਨਜ਼ਾਰੇ ਝੜਦੇ ਦੇਸੀ ਮਹੀਨਿਆਂ ਦੇ ਨਾਂ ਲਿਖੋ ਚੇਤ ਵਿਸਾਖ ਜੇਠ ਹਾੜ੍ਹ ਸਾਵਣ ਭਾਦੋਂ ਅਸੂ ਕਤਕ ਮੱਗਰ ਪੋ ਮਾਗ ਫੱਗਣ ਸਤਰਾ ਪੂਰੀਆਂ ਕਰੋ ਵਿਸਾਖ ਪਿਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਭਾਦੋਂ ਧੁੱਪਾ ਕਹਿਰ ਦੀਆਂ ਝੜੀਆਂ ਕਈ ਕਈ ਪਹਿਰ ਦੀਆਂ ਪੋ ਵਿੱਚ ਪਾਲਾ ਖੇਸੀ ਦਾ ਤੂਨੀਆ ਲਾਲਾ ਸਿੱਕੀ ਦਾ ਫੱਗਨ ਫੁੱਲ ਖਿੜਾਉਂਦਾ ਹੈ ਸਭ ਦੇ ਮਨ ਨੂੰ ਭਾਉਂਦਾ ਹੈ ਰੁੱਤਾਂ ਦੇ ਨਾਲ ਲਿਖੋ ਸਮਝ ਆਧਾਰਤ ਸਿਰਜਣਾਤਮਕ ਪਰਖ ਹੈ ਵਿੱਚ ਹੋਏ ਗਰਮੀ ਸਰਦੀ ਬਸੰਤ ਪਤਝੜ ਦੇਸੀ ਮਹੀਨੇ ਜਿੰਨਾ ਅੰਗਰੇਜ਼ੀ ਮਹੀਨਿਆਂ ਵਿੱਚ ਆਉਂਦੇ ਹਨ ਉਹਨਾਂ ਦਾ ਮਿਲਾਨ ਕਰੋ ਚੇਤ ਮਾਰਚ ਅਤੇ ਅਪ੍ਰੈਲ ਮਹੀਨੇ ਦੇ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਵਿਸਾਖ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਆਉਂਦਾ ਹੈ ਜੇਟ ਮਈ ਜੂਨ ਹਾੜ ਜੂਨ ਜੁਲਾਈ ਸਾਵਨ ਜੁਲਾਈ ਅਗਸਤ ਭਾਦੋਂ ਅਗਸਤ ਸਤੰਬਰ ਅੱਸੂ ਸਤੰਬਰ ਅਕਤੂਬਰ ਤੱਕ ਅਕਤੂਬਰ ਨਵੰਬਰ ਮੱਗਰ ਨਵੰਬਰ ਦਸੰਬਰ ਪੋ ਦਸੰਬਰ ਜਨਵਰੀ ਮਾਗ ਜਨਵਰੀ ਫਰਵਰੀ ਫੱਗਨ ਫਰਵਰੀ ਮਾਰਚ ਦੇਸੀ ਮਹੀਨੇ ਤੇ ਅੰਗਰੇਜ਼ੀ ਮਹੀਨੇ ਬੱਚੋ ਆਪਾਂ ਇਹਨਾਂ ਨੂੰ ਇੱਕ ਵਾਰ ਰਿਵਾਈਜ਼ ਕਰਾਂਗੇ ਮੈਂ ਇਹਨਾਂ ਦੇ ਬਿਲਕੁਲ ਸਾਹਮਣੇ-ਸਾਹਮਣੇ ਲਿਖਾਂਗਾ ਜਿਵੇਂ ਚੇਤ ਚੇਤ ਮਹੀਨਾ ਮਾਰਚ ਅਪ੍ਰੈਲ ਦੇ ਵਿੱਚ ਆਉਂਦਾ ਹੈ ਵਿਸਾਖ ਅਪ੍ਰੈਲ ਮਈ ਜੇਠ ਮਈ ਜੂਨ ਹਾੜ ਜੂਨ ਜੁਲਾਈ ਸਾਵਣ ਜੁਲਾਈ ਅਗਸਤ ਭਾਦੋਂ ਅਗਸਤ ਸਤੰਬਰ ਅੱਸੂ ਸਤੰਬਰ ਅਕਤੂਬਰ ਕਤਕ ਅਕਤੂਬਰ ਨਵੰਬਰ ਮੱਗਰ ਨਵੰਬਰ ਦਸੰਬਰ ਪੋ ਦਸੰਬਰ ਜਨਵਰੀ ਮਾਗ ਜਨਵਰੀ ਫਰਵਰੀ ਫੱਗਣ ਫਰਵਰੀ ਮਾਰਚ ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਸਾਹਮਣੇ ਸਹੀ ਦਾ ਨਿਸ਼ਾਨ ਲਾਓ ਬੱਦਲ ਆ ਬੱਚੋ ਬਿਲਕੁਲ ਠੀਕ ਹੈ ਲਾਸਟ ਵਾਲਾ ਇਸ ਕਰਕੇ ਇਸ ਦੇ ਸਾਹਮਣੇ ਸਹੀ ਦਾ ਨਿਸ਼ਾਨ ਲਾਵਾਂਗੇ ਬੱਦਲ ਅੰਬ ਅੰਬ ਆ ਬਿਲਕੁਲ ਬਿਲਕੁਲ ਠੀਕ ਹੈ ਅੰਬ ਨਜ਼ਾਰੇ ਪਹਿਲਾ ਹੀ ਬਿਲਕੁਲ ਠੀਕ ਹੈ ਫੱਗਨ ਫੱਗਨ ਵੀ ਪਹਿਲਾ ਬਿਲਕੁਲ ਠੀਕ ਹੈ ਮੇਰੇ ਵੱਲੋਂ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਪੋਸਟ ਕੀਤੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ